ਵੇਖਣ ਨੂੰ ਮਿਲਿਆ ਪੰਜਾਬ ਦੇ ਮੁੱਦੇ ਉਠਾਏ ਬਹੁਤ ਸੀਨੀਅਰਸ ਮਿਲੇ ਉਹਨਾਂ ਤੋਂ ਸਿੱਖਿਆ ਦੇਸ਼ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਕਹੀ ਜਾਂਦੀ ਹੈ ਲੋਕ ਸਭਾ ਦੋ ਵਾਰ ਸੰਗਰੂਰ ਦੇ ਲੋਕਾਂ ਨੇ ਭੇਜਿਆ ਪਰ ਸੰਗਰੂਰ ਦੇ ਲੋਕਾਂ ਦਾ ਪਿਆਰ ਮੈਨੂੰ ਲੱਗਦਾ ਕਈ ਜਨਮ ਲੈਣੇ ਪੈਣਗੇ ਮੈਨੂੰ ਉਹਨਾਂ ਦੇ ਪਿਆਰ ਦਾ ਕਰਜ਼ਾ ਉਤਾਰਨ ਲਈ ਵੱਡੀ ਸੇਵਾ ਮਿਲੀ ਹੈ ਤਾਂ ਕਰਕੇ ਮੈਂ ਅੱਜ ਭਰੇ ਮਨ ਨਾਲ ਅੱਖਾਂ ਨਮ ਹੋ ਰਹੀਆਂ ਨੇ ਭਗਵਾਨ ਦੱਸਦੇ ਹੋਏ ਮੈਂ ਮਿਸ ਕਰੂੰਗਾ ਪਰ ਮੈਂ ਵਾਅਦਾ ਕਰਦਾ ਸੰਗਰੂਰ ਦੇ ਲੋਕਾਂ ਨਾਲ ਬੜੀ ਜਲਦੀ ਕੋਈ ਹੋਰ ਆਵਾਜ਼ ਆਊਗੀ ਜਿਹੜੀ ਫਿਰ ਸੰਸਦ ਦੇ ਵਿੱਚ ਗੂੰਜੂਗੀ ਕਾਫੀ ਚੁਣੌਤੀਆਂ ਨੇ ਇਸ ਤੋਂ ਪਹਿਲਾਂ 70 ਸਾਲ ਕੁਛ ਹੋਇਆ ਹੀ ਨਹੀਂ ਬਹੁਤ ਉਲਝੀ ਹੋਈ ਤਾਣੀ ਹੈ ਸੁਲਝਾਵਾਂਗੇ ਲੋਕਾਂ ਦੇ ਸਹਿਯੋਗ ਨਾਲ ਸੁਲਝਾਵਾਂਗੇ ਪੰਜਾਬ ਦੇ ਪੌਣੇ 3 ਕਰੋੜ ਲੋਕਾਂ ਨੂੰ ਪਰਸੋਂ ਨੂੰ ਸੱਦਾ ਦਿੱਤਾ ਆਓ ਖਟਖਟ ਕਲਾਂ ਭਗਤ ਸਿੰਘ ਦੀ ਸੋਚ ਨੂੰ ਅਮਲੀ ਰੂਪ ਦੇਈਏ ਆਓ ਖਟਖਟ ਕਲਾਂ ਆਪਾਂ ਦੇਖੀਏ ਉਹਨਾਂ ਦੀ ਜਿਹੜੀ ਇਨਕਲਾਬ ਵਾਲੀ ਮੂਰਤੀ ਹੈ ਜਿਹੜੀ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਹੈ ਉਹਨਾਂ ਨੂੰ ਆਪਾਂ ਘਰ ਘਰ ਪਹੁੰਚਾਈਏ ਇਹ ਜਿਹੜੇ ਸ਼ਪਥ ਗ੍ਰਹਿਣ ਸਮਾਰੋਹ ਸੀਗੇ ਸਹੁੰ ਚੁੱਕ ਸਮਾਗਮ ਸੀ ਉਹ ਰਾਜ ਭਵਨ 'ਚ ਜਾਂ ਸਟੇਡੀਅਮ 'ਚ ਜਾਂ ਕਿਸੇ ਮਹਿਲ 'ਚ ਹੁੰਦੇ ਸੀ ਹੁਣ ਇਹ ਸ਼ਹੀਦਾਂ ਦੇ ਪਿੰਡਾਂ 'ਚ ਹੋਏ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮੈਂ ਕੋਈ ਅੱਜ ਤੋਂ ਨਹੀਂ ਜਦੋਂ ਮੈਂ ਕਲਾਕਾਰ ਸੀ ਮੈਂ ਜਦੋਂ ਕੋਈ ਗੱਡੀ ਵੀ ਖਰੀਦਦਾ ਸੀਗਾ ਨਵੀਂ ਤਾਂ ਮੈਂ ਸ਼ੋਰੂਮ 'ਚੋਂ ਗੱਡੀ ਸਿੱਧੀ ਖਟਖਟ ਕਲਾਂ ਲੈ ਕੇ ਜਾਂਦਾ ਸੀ ਮੈਂ ਮੱਥਾ ਉੱਥੇ ਟਿਕਦਾ ਸੀ ਸੋ ਉਹਨਾਂ ਕਰਕੇ ਹੀ ਅੱਜ ਆਜ਼ਾਦ ਹਾਂ ਉਹਨਾਂ ਕਰਕੇ ਹੀ ਮੁੱਖ ਮੰਤਰੀ MP ਬਣੇ ਹਾਂ ਨਹੀਂ ਤਾਂ ਗੁਲਾਮ ਹੁੰਦੇ ਸੋ ਉਹਨਾਂ ਦੀਆਂ ਕੁਰਬਾਨੀਆਂ ਨੂੰ ਨਹੀਂ ਭੁਲਾਇਆ ਜਾ ਸਕਦਾ।